ਸਤਿ ਸ਼੍ਰੀ ਅਕਾਲ ਜੀ ਮੈਂ ਸ਼ਰ ਸ਼ਰਮਾ ਚੜ੍ਹਦੀ ਕਲਾ ਟਾਈਮ ਟੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਕਰੀਬ 1 ਮਹੀਨਾ ਪਹਿਲਾਂ ਰਸ਼ੀਅਨ ਆਰਮੀ ਦੇ ਵੱਲੋਂ ਜ਼ਬਰਦਸਤੀ ਗ੍ਰਿਫਤਾਰ ਕੀਤੇ ਗਏ ਭਾਰਤੀ ਨੌਜਵਾਨਾਂ ਦੀ ਵੀਡੀਓ ਸਾਹਮਣੇ ਆਈ ਸੀ। ਸੋ ਵੀਡੀਓ ਜਿਵੇਂ ਹੀ ਵਾਇਰਲ ਹੁੰਦੀ ਹੈ ਤਾਂ ਇਹਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਚਿੰਤਾ ਦੇ ਵਿੱਚ ਡੁੱਬ ਜਾਂਦੇ ਨੇ। ਦੱਸਦੇ ਕਿ ਨੌਜਵਾਨਾਂ ਦੇ ਵੱਲੋਂ ਵੀਡੀਓ ਬਣਾ ਕੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਸਾਨੂੰ ਜ਼ਬਰਦਸਤੀ ਰਸ਼ੀਅਨ ਆਰਮੀ ਦੇ ਵੱਲੋਂ ਫੜਿਆ ਗਿਆ ਅਤੇ ਯੂਕਰੇਨ ਭੇਜਿਆ ਜਾ ਰਿਹਾ, ਉਸ ਜਗ੍ਹਾ ਤੇ ਭੇਜਿਆ ਜਾ ਰਿਹਾ ਜਿੱਥੇ ਜੰਗ ਲੱਗੀ ਹੋਈ ਹੈ। ਤਾਂ ਦੱਸਦੇ ਕਿ ਇਹਨਾਂ ਨੌਜਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਰਸ਼ੀਅਨ ਆਰਮੀ ਦੇ ਵੱਲੋਂ ਜ਼ਬਰਦਸਤੀ ਕੰਟਰੈਕਟ ਵੀ ਸਾਈਨ ਕਰਵਾਇਆ ਗਿਆ, ਜਾਂ ਤਾਂ 1 ਸਾਲ ਦੇ ਲਈ ਫੌਜ ਦੇ ਵਿੱਚ ਭਰਤੀ ਹੋਵੋ ਜਾਂ ਫਿਰ ਤੁਹਾਨੂੰ 10 ਸਾਲ ਦੀ ਜੋ ਕਿ ਕੈਦ ਹੋ ਸਕਦੀ ਹੈ। ਸੋ ਇਹਨਾਂ ਭੋਲੇ ਭਾਲੇ ਨੌਜਵਾਨਾਂ ਨੂੰ ਜ਼ਬਰਦਸਤੀ ਰਸ਼ੀਅਨ ਆਰਮੀ ਦੇ ਵੱਲੋਂ ਗ੍ਰਿਫਤਾਰ ਕਰ ਯੂਕਰੇਨ ਭੇਜਿਆ ਗਿਆ ਅਤੇ ਉਸ ਜਗ੍ਹਾ ਤੇ ਭੇਜਿਆ ਗਿਆ ਜਿੱਥੇ ਜੰਗ ਲੱਗੀ ਹੋਈ ਹੈ। ਸੋ ਦੂਜੀ ਵੀਡੀਓ ਵੀ ਹੁਣ ਸਾਹਮਣੇ ਆ ਚੁੱਕੀ ਹੈ ਜਿੱਥੇ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਗਗਨਦੀਪ ਸਿੰਘ ਦੇ ਵੱਲੋਂ ਇਹ ਵੀਡੀਓ ਬਣਾਈ ਜਾ ਰਹੀ ਹੈ। ਬਕਾਇਦਾ ਉਹਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਜੋ ਕਿ ਜ਼ਬਰਦਸਤੀ ਯੂਕਰੇਨ ਭੇਜਿਆ ਗਿਆ ਅਤੇ ਉਸ ਜਗ੍ਹਾ ਤੇ ਭੇਜਿਆ ਗਿਆ ਜਿੱਥੇ ਜੰਗ ਲੱਗੀ ਹੋਈ ਹੈ, ਸਾਨੂੰ 10 ਦਿਨ ਦੀ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਸਾਨੂੰ ਜੰਗ ਦੇ ਮੈਦਾਨ ਦੇ ਵਿੱਚ ਜ਼ਬਰਦਸਤੀ ਰਸ਼ੀਅਨ ਆਰਮੀ ਦੇ ਵੱਲੋਂ ਉਤਾਰਿਆ ਜਾ ਰਿਹਾ। ਤਾਂ ਦੱਸਦੇ ਕਿ ਇਹ ਨੌਜਵਾਨ ਬੰਕਰਾਂ ਦੇ ਵਿੱਚ ਰਹੇ, ਬੰਕਰਾਂ ਦੇ ਵਿੱਚ ਇਹਨਾਂ ਨੂੰ ਬੰਦੂਕਾਂ ਫੜਾਈਆਂ ਗਈਆਂ, ਗੋਲੇ ਫੜਾਏ ਗਏ ਨੇ। ਹਾਲਾਂਕਿ ਇਹਨਾਂ ਨੌਜਵਾਨ ਗਗਨਦੀਪ ਸਿੰਘ ਅਤੇ ਉਸਦੇ ਸਾਥੀਆਂ ਦੇ ਜੋ ਕਿ ਹਾਲਾਤਾਂ ਬਾਰੇ ਬਿਆਨ ਕੀਤਾ ਹੈ ਗਗਨਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ, ਜੋ ਕਿ ਬੇਹੱਦ ਹੀ ਪਰਿਵਾਰ ਇਹਨਾਂ ਨੌਜਵਾਨਾਂ ਦੇ ਚਿੰਤਾ ਦੇ ਵਿੱਚ ਨੇ। ਤਾਂ ਬਲਵਿੰਦਰ ਸਿੰਘ ਜੋ ਕਿ ਗਗਨਦੀਪ ਸਿੰਘ ਦੇ ਪਿਤਾ ਹੈ, ਉਹਨਾਂ ਦਾ ਇਹ ਕਹਿਣਾ ਹੈ ਕਿ ਨੌਜਵਾਨਾਂ ਨੂੰ ਬੰਕਰਾਂ ਦੇ ਵਿੱਚ ਰੱਖਿਆ ਗਿਆ, ਇਹਨਾਂ ਨੂੰ ਬੰਦੂਕਾਂ ਫੜਾਈਆਂ ਗਈਆਂ, ਬੰਕਰਾਂ ਦੇ ਵਿੱਚ ਗੋਲੇ ਫੜਾਏ ਗਏ। ਹਾਲਾਂਕਿ ਇਹ ਭੋਲੇ ਭਾਲੇ ਨੌਜਵਾਨ ਜੋ ਕਿ ਰਸ਼ੀਅਨ ਆਰਮੀ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, 1 ਮਹੀਨੇ ਦਾ ਸਮਾਂ ਬੀਤ ਚੁੱਕਿਆ। ਹਾਲਾਂਕਿ ਜੋ ਪੰਜਾਬ ਦੇ ਕੈਬਨਿਟ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਦੇ ਵੱਲੋਂ ਬਕਾਇਦਾ ਇਹਨਾਂ ਨੌਜਵਾਨਾਂ ਦੇ ਪੀੜਤ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਵੀ ਕੀਤੀ ਜਾਂਦੀ ਹੈ, ਉਹਨਾਂ ਦੇ ਘਰ ਜਾਂਦੇ ਨੇ, ਆਸ਼ਵਾਸਨ ਦਿੱਤਾ ਜਾਂਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਕਿ ਉਹਨਾਂ ਨੂੰ ਜੋ ਕਿ ਉਹਨਾਂ ਦੇ ਜੋ ਨੌਜਵਾਨ ਰਸ਼ੀਆ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਸਹੀ ਸਲਾਮਤ ਭਾਰਤ ਵਾਪਸ ਲਿਆਂਦਾ ਜਾਵੇਗਾ। ਹਾਲਾਂਕਿ ਪ੍ਰੋਸੈਸ ਜੋ ਕਿ ਚੱਲ ਵੀ ਰਿਹਾ, ਪਰ ਅਜੇ ਵੀ ਨੌਜਵਾਨ ਰੂਸ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਦੇ ਵੱਲੋਂ ਦੂਜੀ ਵੀਡੀਓ ਬਣਾਈ ਗਈ ਹੈ ਜੋ ਕਿ ਬੇਹੱਦ ਹੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਕਿ ਨੌਜਵਾਨ ਕਹਿ ਰਹੇ ਨੇ ਕਿ ਉਹਨਾਂ ਨੂੰ ਜ਼ਬਰਦਸਤੀ ਉੱਥੇ ਭੇਜਿਆ ਜਾ ਰਿਹਾ ਜਿੱਥੇ ਜੰਗ ਲੱਗੀ ਹੋਈ ਹੈ। ਤੇ ਨੌਜਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਬਚਾ ਲਵੋ, ਅਪੀਲ ਕੀਤੀ ਗਈ ਹੈ ਭਾਰਤ ਸਰਕਾਰ ਨੂੰ ਕਿ ਸਾਨੂੰ ਬਚਾ ਲਵੋ, ਨਹੀਂ ਤਾਂ ਸਾਡੀਆਂ ਲਾਸ਼ਾਂ ਵੀ ਨਹੀਂ ਮਿਲਣੀਆਂ। ਤਾਂ ਫਿਰ ਤੁਹਾਨੂੰ ਵੀ ਇਹ ਵੀਡੀਓ ਦਿਖਾ ਦਿੰਦੇ ਹਾਂ, ਤਾਂ ਤੁਸੀਂ ਵੀ ਸੁਣੋ ਇਹਨਾਂ ਰੂਸ ਦੇ ਵਿੱਚ ਫਸੇ ਨੌਜਵਾਨਾਂ ਦਾ ਕੀ ਕੁਝ ਕਹਿਣਾ ਹੈ। नमस्कार, हम सब साथी यूक्रेन में हैं और हम रशिया आर्मी में फंस चुके हैं। हमने अपनी वीडियो के माध्यम से पहले भी बताया था, अब तक हमारी भारत सरकार की तरफ से कोई भी कार्रवाई नहीं हुई है और ना ही हमारे पास कोई अपडेट आई है। हम भारत सरकार से हाथ जोड़ के विनती करना चाहते हैं कि हमें जल्द से जल्द यहाँ से निकलवा लिया जाए। हम फ्रंट लाइन पर पिछले 10 दिनों से थे और वहाँ पर 10 दिन की ड्यूटी दे के आए हैं। वहाँ पर आगे बहुत ज़्यादा खतरा है, हो सकता है कि अगली बार हम फ्रंट लाइन पर जाएँ तो हमारी लाशें भी आप सबको ना मिलें। हमको 2-3 दिन के रेस्ट के लिए भेजा गया है और फिर हम दोबारा फ्रंट लाइन पर जाएंगे। हम सब साथी भारत सरकार और अपनी इंडियन एम्बेसी से हाथ जोड़ के विनती करना चाहते हैं कि हमें जल्द से जल्द यहाँ से निकलवा दिया जाए, वरना हमारी लाशें भी नहीं मिलेंगी। ਸੋਦਰੀ, ਦੂਜੇ ਪਾਸੇ ਜਦੋਂ ਮੀਡੀਆ ਦੇ ਵੱਲੋਂ ਗਗਨਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਕੀ ਕੁਝ ਕਿਹਾ? ਉਹਨਾਂ ਨੇ ਗਗਨਦੀਪ ਸਿੰਘ ਅਤੇ ਉਸਦੇ ਸਾਥੀਆਂ ਦੇ ਹਾਲਾਤਾਂ ਬਾਰੇ ਬਿਆਨ ਕਰਦਿਆਂ ਕੀ ਕੁਝ ਕਿਹਾ, ਉਹ ਸੁਣਦੇ ਆ ਉਹਨਾਂ ਤੋਂ ਵੀ। ਬੱਚੇ ਨੇ ਪੀਟੀ ਕੀਤੀ, 6 ਬੈਂਡ ਲਏ ਨੇ, ਸਾਡੀ ਕੋਈ ਕਿਸਮਤ ਮਾੜੀ ਲਾ ਲਓ, ਉਸ ਤੋਂ ਨਲਾਇਕ ਬੱਚੇ ਵੀ ਜਿਹੜੇ ਨੇ ਨਾ ਉਹਨਾਂ ਦੀਆਂ ਫਾਈਲਾਂ 6 ਬੈਂਡ 'ਤੇ ਲੱਗ ਗਈਆਂ, ਕੋਈ ਆਸਟ੍ਰੇਲੀਆ, ਕੋਈ ਕੈਨੇਡਾ, ਪਰ ਇਹਦੀ ਫਾਈਲ ਦਾ ਕੋਈ ਜਵਾਬ ਨਹੀਂ ਸੀ ਆਉਂਦਾ। ਫਿਰ ਇਹਨੇ ਸੋਚਿਆ, ਇਹਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਆਪਣੇ ਜਿਹੜਾ ਪਾਸਪੋਰਟ ਹੈ ਕਿਸੇ ਹੋਰ ਦੇਸ਼ 'ਤੇ ਜਾ ਕੇ ਨਾ ਉਹਦੀ ਮੋਹਰ ਲਵਾ ਕੇ ਤੁਹਾਡਾ ਪਾਸਪੋਰਟ ਸਟਰੋਂਗ ਹੋ ਜੇ। ਇਸ ਕਰਕੇ ਟੂਰਿਸਟ ਵੀਜ਼ੇ 'ਤੇ ਗਿਆ ਸੀ ਪਾਸਪੋਰਟ ਸਟਰੋਂਗ ਕਰਨ ਵਾਸਤੇ, ਅਤੇ ਫਿਰ ਇਹਨੇ ਕਿਸੇ ਹੋਰ ਦੇਸ਼ 'ਚ ਜਾਣਾ ਸੀ, ਕੋਈ ਵਿਚਾਰ ਇਹਨੇ ਬਣਾਉਣੀ ਸੀ ਆਣ ਕੇ, ਪਰ ਇਹ ਟੂਰਿਸਟ ਦੇ ਵੀਜ਼ੇ ਦੇ ਉੱਤੇ ਹੀ ਉੱਥੇ ਫਸ ਗਿਆ। ਇਹੋ ਜਿਹਾ ਉਹਨਾਂ ਨੇ ਕੰਮ ਕੀਤਾ, ਜੇ ਕੁਛ ਦਿਨ ਵੀਜ਼ਾ ਰਹਿੰਦਾ ਸੀ ਜਦੋਂ ਉਹਨਾਂ ਨੇ ਫੜ ਲਿਆ, ਚਾਹੀਦਾ ਤਾਂ ਇਹ ਸੀ ਜੋ ਹੁੰਦਾ ਜੇ ਫੜਿਆ ਤਾਂ ਉਹਨਾਂ ਨੂੰ ਵਾਪਸ ਰਿਪੋਰਟ ਕਰਕੇ ਵਾਪਸ ਭੇਜ ਦਿੰਦੇ, ਪਰ ਲੇਕਿਨ ਉਹਨਾਂ ਨੇ ਉੱਧਰ ਦੇ ਕਿਸੇ ਟਰਾਂਸਲੇਸ਼ਨ ਨਾਲ ਗੱਲ ਕਰਵਾ ਕੇ, ਇਹ ਭਾਸ਼ਾ ਨਹੀਂ ਸੀ ਸਮਝਦੇ ਉਹਨਾਂ ਦੀ, ਕਿਸੇ ਟਰਾਂਸਲੇਸ਼ਨ ਨਾਲ ਗੱਲ ਕਰਵਾਈ। ਟਰਾਂਸਲੇਸ਼ਨ ਨੇ ਕਿਹਾ ਵੀ ਇਹ ਤੁਹਾਨੂੰ ਇਹ ਕਹਿੰਦੇ ਪਏ ਨੇ ਵੀ ਜਾਂ ਤਾਂ 1 ਸਾਲ ਵਾਸਤੇ ਆਰਮੀ ਜੁਆਇਨ ਕਰ ਲਓ ਜਾਂ ਫਿਰ ਤੁਹਾਨੂੰ 10 ਸਾਲ ਦੀ ਕੈਦ ਹੋ ਜਾਏਗੀ। ਇਹ ਬੱਚੇ ਸਾਡੇ ਕੈਦ ਤੋਂ ਡਰ ਗਏ ਕਿ 10 ਸਾਲ ਕੈਦ ਕਿਸ ਤਰ੍ਹਾਂ ਕੱਟਾਂਗੇ। ਫਿਰ ਫੋਰਮ ਜਿਹੜਾ ਸੀ ਫਾਰਮ
उन्होंने भाषा में इन्हें पढ़िया नहीं, इन्होंने जाता भी की लिखा, इन्हों को साइन करवा ले फटाफट ही कि तुहानू हैल्पर की जॉब दी जाएगी। बच्चे ने पूछा सानू कि अगे तो नहीं भेजोगे, कहते नहीं बिल्कुल अगे नहीं भेजा, तुहानू हैल्पर की जॉब दी जाएगी ज कोई होर सिक्योरिटी हैडक्वाटर जैसे कि तुम देंगे। पर उन्होंने उतो फिर सीधा ही चक के कैंप च लै गए, कैंप में जाके 11 दिन की ट्रेनिंग दे के सीधा यूक्रेन लै गए ने, जिते कब्जे किए हुए ने, जिते JCP मोर्चे पुट दी है तो इन्हों को सफाई कराते हैं। उतों फिर फिर उत्थे भी नहीं टिकन दिता, उतों फिर उन्होंने रेंट लैंड पर भेज दिया। उन्होंने 6-7 दिन 5-6 दिन उत्थे तकरीबन हफ्ता ही रखिया रेंट लैंड पर लै गए सन, जितों के वह कह रहे सन कि बंकर दे विच रखिया सी, बंकर दे विच ही सानू 5-6 दिन टेढ़े हो के सौना सौना, तो की कहिंदे इस तरह नींदरे ही रहे, राइफलां फड़ा दी हत्थां विच बंब फड़ा दिते। तो फिर जिहड़ा उन्हां दा खाणा सी पता नहीं वह गाईं दा मास खाते ने कादा खाते ने, कहिंदे ने सानू वह खाणा भी नहीं सी खादा जांदा साढ़े कोलों, असीं बहुत तंग सां। तो इस करके सर फिर कोई डॉक्टर आया, उसने पूछा कि तुसां खाणा खादा, कहिंदे असीं सीधा कहा भी असीं 3 दिन तो भुखे हां बिल्कुल कुछ नहीं खादा। फिर उस अफसर ऑफिसर ने कुछ ना कुछ इन्हों कुछ खाण नूं होर कुछ दिता, तो फिर पता नहीं किसी तरह गल उन्हां दी उपर वड्डे ऑफिसर नाल पहुँचाई। तो फिर उन्होंने 1 हफ्ते बाद ऐतवार वाले दिन फिर जितों अगे खड़िया सी फ्रंट लाइन ते उत्थे फिर लिया। यूक्रेन दे विच भी पहला तो कब्जियां वाली जगह पर सी, हुण उन्हां नूं फ्रंट लाइन पर भेजते हैं, क्योंकि 10 दिन की ट्रेनिंग दी है उद्दे विच तुहानूं पता जदों बंदा फौज भर्ती हुंदा 9 महीने ट्रेनिंग हुंदी, इन्हां नूं 10 दिन की ट्रेनिंग लै दे के अगे भेज देना, फिर इन्हां नूं बंब वगैरह की पता किस तरह चलाना। जदों बच्चों की वीडियो आई है ना, जिहड़ा कोई चंगियाई है वह मैं दसांगा, क्योंकि जदों वीडियो आई है साढ़े घर सब तो पहलां तो पंजाब सरकार भगवंत मान ने धालीवाल साहब नूं भेजिया, किसी सिफारिश ते नहीं भेजिया, उन्होंने डायरैक्ट साढ़े घर भेजा। DC साहब आए और पुलिस के अफसर सारे, SSP ड्यूटी साहब सारे आए, तो धालीवाल साहब ने आके विश्वास दवाया, क्योंकि असी बहुत डिप्रेशन से उन्होंने बहुत प्यार दिता, उन्हें कहा कोई गल नहीं असी अपनी पूरी वाह ला देंगे। तो उन्होंने अपना जो सेंटर सरकार नूं भेजना सी लिख के जो कुछ भी करना सी उन्होंने कर दिता। पर हुण बिल्कुल सेंटर वालों कोई बिल्कुल स्लो काम चल रहा, क्योंकि इलैक्शन भी आ रही चल रही ने, तो उहदे विच कोई इहो जी खुल के नहीं चल रहा काम, क्योंकि जे चाहे मोदी साहब जे वह चाहण तो हुण हुणे हुणे इलैक्शन होई है रशिया की, बालादिन पुतिन जिहड़ा है वह प्रधानमंत्री बनिया, तो साढ़े प्रधानमंत्री मोदी जी ने बधाई भी दी है उन्होंने, इन्हों के संबंध भी दोनों देशों के साढ़े आप रशिया के बहुत चंगे ने। जे मोदी जी चाहन असी हाथ जोड़ के बेनती हाँ कि असी पंजाब के वासी हाँ, पर है तो असी इंडियन ही हाँ, हिंदुस्तानी हाँ, भारतीय हाँ, इस करके ये जिहड़े बच्चे ने तुहाडे बच्चे ने, इन्हां नूं जल्दी तो जल्दी जे तुसी चाहो तो कुछ भी कर सकते हो, जल्दी तो जल्दी साडे बच्चे सानू वापस वापस लियांदे जाण, सानू कोई उधर की तनखाह की लोड़ नहीं, कोई चीज़ की लोड़ नहीं भी सानू रशिया की तनखाह मिलेगी। इस करके नाल जिहड़े होर भी बच्चे फसे ने उन्हां वास्ते भी मेरी हाथ जोड़ के बेनती है कि उन्हां दे मां बाप भी कल्प रहे ने, ਉਹਨਾਂ ਨੂੰ ਵੀ ਸਾਰਿਆਂ ਨੂੰ ਵਾਪਸ ਲਿਆਂਦਾ ਜਾਵੇ। ਤਾਂ ਹੁਣ ਦੇਖਣਾ ਹੋਵੇਗਾ ਕਿ ਭਾਰਤ ਦੀ ਸਰਕਾਰ ਕਦੋਂ ਇਹਨਾਂ ਨੌਜਵਾਨਾਂ ਨੂੰ, ਇਹਨਾਂ ਭਾਰਤੀ ਨੌਜਵਾਨਾਂ ਨੂੰ ਕਦੋਂ ਭਾਰਤ ਸਹੀ ਸਲਾਮਤ ਵਾਪਸ ਲਿਆਵੇਗੀ। 7 ਨੌਜਵਾਨ ਨੇ ਭਾਰਤ ਦੇ ਜੋ ਕਿ ਰੂਸ ਦੇ ਵਿੱਚ ਫਸੇ ਹੋਏ ਨੇ, ਰਸ਼ੀਅਨ ਆਰਮੀ ਦੇ ਵੱਲੋਂ ਇਹਨਾਂ ਨੂੰ ਜ਼ਬਰਦਸਤੀ ਫੜ ਕੇ ਯੂਕਰੇਨ ਭੇਜਿਆ ਗਿਆ, ਜੰਗ ਦੇ ਮੈਦਾਨ ਦੇ ਵਿੱਚ ਉਤਾਰਿਆ ਗਿਆ। ਤਾਂ ਦੱਸ ਦਈਏ ਕਿ ਕੁਝ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਨੇ ਅਤੇ ਕੁਝ ਹਰਿਆਣਾ ਦੇ, ਜਿਨ੍ਹਾਂ ਦੇ ਵੱਲੋਂ ਪਹਿਲਾਂ ਵੀ ਵੀਡੀਓ ਬਣਾ ਕੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਸੀ। ਤਾਂ ਹੁਣ ਇੱਕ ਵਾਰ ਫਿਰ ਇਹਨਾਂ ਨੌਜਵਾਨਾਂ ਦੀ ਵੀਡੀਓ ਸਾਹਮਣੇ ਆਈ ਹੈ। ਤਾਂ ਹੁਣ ਦੇਖਣਾ ਹੋਵੇਗਾ ਕਦੋਂ ਭਾਰਤ ਦੀ ਸਰਕਾਰ ਇਹਨਾਂ ਨੌਜਵਾਨਾਂ ਨੂੰ ਸਹੀ ਸਲਾਮ ਤੇ ਇਹਨਾਂ ਦੇ ਵਤਨ ਵਾਪਸ ਲਿਆਉਂਦੀ ਹੈ। ਤਾਂ ਹੁਣ ਆਉਣ ਵਾਲਾ ਸਮੇਂ ਦੱਸੇਗਾ। ਦੇਖਦੇ ਰਹੋ ਚੜ੍ਹਦੀ ਕਲਾ ਟਾਈਮ TV। ਧੰਨਵਾਦ।